ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ ਯੂਟਿਊਬ ਚੈਨਲ 'ਤੇ। ਅਤੇ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ, ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕਿਆ ਹੈ ਜੀ। ਜਿਸ ਦੇ ਵਿੱਚ ਅਗਰ ਅਸੀਂ ਗੱਲ ਕਰੀਏ, ਪੰਜਾਬ ਗਵਰਨਮੈਂਟ ਬੈਂਕ ਦੇ ਵਿੱਚ ਵੈਕੈਂਸੀ ਜਿਹੜੀਆਂ ਨੇ ਉਹ ਆਊਟ ਕਰ ਦਿੱਤੀਆਂ ਗਈਆਂ ਨੇ, ਜਿਹਦੇ ਲਈ ਤੁਸੀਂ ਅਪਲਾਈ ਜਿਹੜਾ ਹੈ ਉਹ ਕਰ ਸਕਦੇ ਹੋ। ਕਿੱਦਾਂ ਅਪਲਾਈ ਕਰਨਾ, ਕੌਣ ਕੌਣ ਅਪਲਾਈ ਕਰ ਸਕਦਾ, ਪੂਰੀ ਜਾਣਕਾਰੀ ਅੱਜ ਦੀ ਇਸ ਵੀਡੀਓ 'ਚ ਮੈਂ ਤੁਹਾਨੂੰ ਦੇਵਾਂਗਾ। ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ। ਫਸਟ ਟਾਈਮ ਚੈਨਲ 'ਤੇ ਆਏ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲਿਓ, ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਅਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ। ਵੈਕੈਂਸੀਜ਼ ਦੀ ਅਗਰ ਗੱਲ ਕਰੀਏ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ। ਲੇਟੈਸਟ ਜਿੰਨੀਆਂ ਵੀ ਵੈਕੈਂਸੀਜ਼ ਹੁੰਦੀਆਂ ਨੇ ਉਹਦੇ ਲਈ ਸਿੰਪਲੀ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਸਾਰੇ ਜੋਬ ਰਿਲੇਟਡ ਅਪਡੇਟ ਜਿਹੜੇ ਨੇ ਉਹ ਤੁਸੀਂ ਲੈ ਸਕਦੇ ਹੋ ਜੀ। ਅਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ, ਅਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਬਾਕੀ ਕਿਸੇ ਗਵਰਨਮੈਂਟ ਜੋਬ ਦੀ ਤਿਆਰੀ ਕਰ ਰਹੇ ਉਹਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ 'ਚ ਅਵੇਲੇਬਲ ਹੈ ਜੀ। ਡਾਊਨਲੋਡ ਕਰਕੇ ਆਪਣੀ ਤਿਆਰੀ ਜਿਹੜੀ ਹੈ ਜੀ ਉਹ ਤੁਸੀਂ ਪੱਕੀ ਕਰ ਸਕਦੇ ਹੋ ਜੀ। ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ। ਇਹ ਜਿਹੜਾ ਨੋਟੀਫਿਕੇਸ਼ਨ ਹੈ ਜੀ ਸੈਂਟਰਲ ਬੈਂਕ ਵੱਲੋਂ ਜਾਰੀ ਕੀਤਾ ਗਿਆ ਜੀ। ਇਹਦੇ ਲਈ ਔਨਲਾਈਨ ਜਿਹੜੀਆਂ ਨੇ ਐਪਲੀਕੇਸ਼ਨ ਜਿਹੜੀਆਂ ਨੇ ਇਨਵਾਈਟ ਕੀਤੀਆਂ ਗਈਆਂ ਨੇ, ਤੁਸੀਂ ਇਹਦੇ ਲਈ ਔਨਲਾਈਨ ਹੀ ਅਪਲਾਈ ਕਰਨਾ ਹੋਵੇਗਾ। ਅਤੇ ਜਲਦ ਤੋਂ ਜਲਦ ਤੁਸੀਂ ਇਹਦੇ ਲਈ ਅਪਲਾਈ ਕਰ ਲੈਣਾ ਹੈ ਜੀ। ਜਨਰਲ OBC SC ST ਕਿਸੇ ਵੀ ਕੈਟਾਗਰੀ ਤੋਂ ਕੋਈ ਐਪਲੀਕੇਸ਼ਨ ਫੀ ਤੁਸੀਂ ਜਿਹੜੀ ਇੱਥੇ ਪੇ ਨਹੀਂ ਕਰਨੀ ਹੋਵੇਗੀ। ਔਰ ਇਸ ਦੇ ਵਿੱਚ ਸਬ ਸਟਾਫ ਦੀਆਂ ਵੈਕੈਂਸੀਜ਼ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ, ਜਿਸ 8ਵੀਂ 10ਵੀਂ ਈਵਨ 5ਵੀਂ ਵਾਲੇ ਕੈਂਡੀਡੇਟ ਵੀ ਅਪਲਾਈ ਕਰ ਸਕਦੇ ਨੇ। 484 ਪੋਸਟਾਂ ਜਿਹੜੀਆਂ ਨੇ ਉਹ ਆਊਟ ਹੋਈਆਂ ਨੇ ਜੀ। 18 ਤੋਂ ਲੈ ਕੇ 35 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਅਤੇ ਅਪਲਾਈ ਕਰ ਸਕਦੇ ਨੇ। ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰਾਂ ਤਾਂ ਇਸ ਦੇ ਵਿੱਚ ਤੁਹਾਡਾ ਰਿਟਨ ਐਗਜ਼ਾਮ ਹੋਣਾ ਹੈ ਜੀ, ਉਸੇ ਦੇ ਬੇਸਿਸ 'ਤੇ ਤੁਹਾਡੀ ਸਿਲੈਕਸ਼ਨ ਹੋਣੀ ਹੈ ਇਸ ਦੇ ਵਿੱਚ। ਇਸ ਦੇ ਲਈ ਅਪਲਾਈ ਕਰਨ ਦੇ ਲਈ ਨੋਟੀਫਿਕੇਸ਼ਨ ਪਲੱਸ ਅਪਲਾਈ ਕਰਨ ਦਾ ਲਿੰਕ ਦੋਨੋਂ ਹੀ ਇੱਥੇ ਦੇ ਦਿੱਤੇ ਗਏ ਨੇ। ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਣਗੇ, ਚੈੱਕ ਕਰਕੇ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਜੀ। ਔਰ ਇਸ ਦੇ ਵਿੱਚ ਤੁਹਾਡਾ ਜਿਹੜਾ ਐਗਜ਼ਾਮ ਵੀ ਹੋਣਾ ਉਹ ਵੀ ਤੁਹਾਡਾ ਜਿਹੜਾ ਸਿੰਪਲ ਹੋਏਗਾ ਬਿਲਕੁਲ। ਸੋ ਤੁਸੀਂ ਇਹਦੇ ਲਈ ਜ਼ਰੂਰ ਅਪਲਾਈ ਕਰਨਾ ਜੀ। ਲਿੰਕ ਸਾਰੇ ਡਿਸਕ੍ਰਿਪਸ਼ਨ 'ਚ ਆਲਰੇਡੀ ਪ੍ਰੋਵਾਈਡ ਕਰ ਦਿੱਤੇ ਗਏ ਨੇ। ਫਿਰ ਵੀ ਕੋਈ ਡਾਊਟ ਹੋਏਗਾ ਤਾਂ ਜ਼ਰੂਰ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸਿਓ। ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ, ਅਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।